ਲਿਆ। ਆਪਨੇ ਬਿਆਨ ਫਰਮਾਇਆ ਜੇਲਾਂ ਬਰਦਾਸ਼ਤ ਕਰਨੀਆਂ ਪਈਆਂ, ਇੱਥੋਂ ਤੱਕ ਕਿ ਗੱਡੀਆਂ ਦੇ ਅੰਦਰ ਵੀ ਆਪਨੇ ਤਬਲੀਗ ਫਰਮਾਈ। ਕੋਈ ਬੰਦਾ ਇਸ ਚੀਜ਼ ਤੋਂ ਨਾ ਵਾਕਿਫ ਨਹੀਂ, ਆਪਨੇ ਉਹ ਤਬਲੀਗ ਫਰਮਾਈ। ਲੋਕ ਕਨੈਕਟਰ ਗੱਡੀਆਂ ਦੇ ਚਲਦੀ ਗੱਡੀ ਰੋਕ ਕੇ ਜੰਗਲ ਦੇ ਅੰਦਰ ਉਤਾਰ ਦੇਣਾ, ਬਾਜ਼ਾਰਾਂ ਦੇ ਅੰਦਰ, ਥਾਣਿਆਂ ਦੇ ਅੰਦਰ, ਕਚਹਿਰੀਆਂ ਦੇ ਅੰਦਰ, ਹਰ ਜਗ੍ਹਾ ਤੇ ਆਪਨੇ ਤਬਲੀਗ ਫਰਮਾਈ। ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਸਿਰਫ ਤੁਹਾਨੂੰ ਮੈਨੂੰ ਦਰਸ ਇਹ ਦਿੱਤਾ। ਲਾਲੇ ਰਹਿਣ ਦੇ, ਦਰਸ ਇਹ ਦਿੱਤਾ ਤੁਹਾਨੂੰ ਮੈਨੂੰ ਕਿ ਇੱਜ਼ਤ ਬਚਾਉਣ ਦਾ ਉਹਦੀ ਖਾਤਰ ਆਪਨੇ ਜੇਲਾਂ ਚ ਜਾਣਾ, ਜੇਲਾਂ ਦੀਆਂ ਸਲਾਖਾਂ ਬਰਦਾਸ਼ਤ ਕੀਤੀਆਂ, ਥਾਣਿਆਂ ਦੇ ਅੰਦਰ ਤਬਲੀਗ। ਕਿਹੜਾ ਐਸਾ ਮੌਕਾ ਹੈ ਜਿੱਥੇ ਆਪਨੇ ਤਬਲੀਗ ਨਹੀਂ ਫਰਮਾਈ? ਤੇ ਅੱਜ ਉਹ ਵਕਤ ਹੈ ਕਿ ਜਿੱਥੇ ਮੇਰੇ ਸ਼ੇਖ ਮੁਕਰਮ ਆਣ, ਆਵਾਜ਼ ਪਵੇ, ਇਲਾਕੇ ਦਾ ਅਮੀਰ, ਨਾਇਬ ਅਮੀਰ, ਜੋ ਕਿਬਲਾ ਉਸਤਾਦ ਸਾਹਿਬ ਨੇ ਨਿਜ਼ਾਮ ਬਣਾਇਆ, ਉਹ ਜਿੱਥੇ ਸਦਾ ਲਾਣ ਕਿ ਉਸਤਾਦ ਸਾਹਿਬ ਕਿਬਲਾ ਤਸ਼ਰੀਫ ਲਿਆ ਰਹੇ ਨੇ, ਹੁਕਮ ਆਪਣਾ ਤੁਹਾਡੇ ਤੱਕ ਪਹੁੰਚਾਉਣ। ਸਾਡਾ ਫਰਜ਼ ਬਣਦਾ ਲਬੈਕ ਕਹਿ ਕੇ ਉਹ ਤਿਉਹਾਰ ਹਾਜ਼ਰ ਹੋ ਜਾਣਾ। ਸੁਸਤੀਆਂ ਛੋੜ ਦਿਓ, ਕਿਤਨੀ ਦੇਰ ਸੁਸਤੀਆਂ ਰੱਖੋਗੇ? ਉਸਤਾਦ ਸਾਹਿਬ ਕਿਬਲਾ ਇਸ ਵਕਤ ਅਹਬਾਬੇ ਦੀ ਵਕਾਰ, ਆਪ ਦੀ ਗੱਲ ਦਾ ਸ਼ੁਰੂ ਤੋਂ ਲੈ ਕੇ ਆਪਣੇ ਹੋਣ ਤੱਕ ਜੋ ਗੁਫ਼ਤਗੂ ਫਰਮਾਈ ਦੁਨੀਆ ਕਾਇਨਾਤ ਦੇ ਅੰਦਰ, ਆਪ ਦੀ ਗੱਲ ਦਾ ਕੋਈ ਤੋੜ ਨਹੀਂ ਕਰ ਸਕਿਆ, ਨਾ ਕਰ ਸਕਦਾ, ਨਾ ਕਿਸੇ ਦੇ ਅੰਦਰ ਇਹ ਹਿੰਮਤ। ਆਪਣੇ ਦੋ ਚਾਰ ਦਿਨ ਪਹਿਲੇ ਮੀਆਂ ਵਾਲੀ ਜਲਸੇ ਦੇ ਅੰਦਰ ਇਹੀ ਫਰਮਾਇਆ, ਯੂਰਪ ਤੋਂ ਲੈ ਕੇ ਪਾਕਿਸਤਾਨ ਤੱਕ ਫਕੀਰ ਦੇ ਸਾਹਮਣੇ ਇਲਮੀ ਮੈਦਾਨ ਦੇ ਅੰਦਰ ਕੋਈ ਬੰਦਾ ਬੈਠ ਨਹੀਂ ਸਕਦਾ। ਇਹ ਸਾਡਾ ਦਿਲ ਗਵਾਹੀ ਦਿੰਦਾ ਹੈ, ਸਾਡਾ ਦਿਲ ਦਿਲੋ ਦਿਮਾਗ ਤਸਲੀਮ ਕਰਦਾ ਵਾਰ ਕਿ ਅਲਹਮਦੁਲਿਲਾਹ ਰੱਬਿਲ ਆਲਮੀਨ। ਇਲਮੀ ਮੈਦਾਨ ਦੇ ਅੰਦਰ ਉਸਤਾਦ ਸਾਹਿਬ ਕਿਬਲਾ ਦੇ ਅੱਗੇ ਕੋਈ ਬੈਠ ਨਹੀਂ ਸਕਦਾ। ਇਹ ਫੈਲ ਸਾਰਾ ਮੇਰੇ ਮੁਰਸ਼ਦ ਕਾਮਲ ਹਜ਼ਰਤ ਕਬੀਰ ਸਰਕਾਰ ਦਾ ਹੈ। ਅੱਜ ਇੱਕ ਲਹਿਦਾ ਬਾਤ ਹੈ, ਘਰ ਦੇ ਜੰਮੇ ਛੱਡ ਗਏ, ਘਰ ਦੇ ਜੰਮੇ ਛੱਡ ਗਏ ਇਸ ਫਿਕਰ ਤੋਂ। ਬੜੀ ਉਹਨਾਂ ਕੋਸ਼ਿਸ਼ ਕੀਤੀ ਆਪ ਦੀ 75 ਸਾਲਾਂ ਮਿਹਨਤ ਤੇ ਪਾਣੀ ਪਾਉਣ ਦੀ, ਲੇਕਿਨ ਅਲਹਮਦੁਲਿਲਾਹ ਰੱਬਿਲ ਆਲਮੀਨ, ਜਿੰਨੀ ਦੇਰ ਤੱਕ ਰੱਬ ਦਾ ਸ਼ੇਰ ਦੁਨੀਆ ਤੇ ਹੈ, ਇਸ ਫਿਕਰ ਦੇ ਉੱਤੇ ਕੋਈ ਪਾਣੀ ਨਹੀਂ ਫੇਰ ਸਕਦਾ।